बाबा जी कहते तन्ना नाल सुने हुए बचना का भी खून बनना। कलिया सब्जियां दाला ते कणक ते ना निर्भर नहीं, जो कन्ना विच तेरे बोल पै रहे ने ना खून ते असर होने। ते अज की बोल पै रहे ने अपने सिख कौम की अधोगति होर तक सिंह की कहना। सी अपनी संगत विच भी बैठे होने रिकॉर्डा दे आशिक बहुत गुरमुख प्यारे हो, जदों तुसी रिकॉर्ड पिंड विच बजाउने ना लाउड स्पीकर लिया के, उदों बस एक गल ध्यान विच रखिया करो। नौजवान वीरों तुसी जरा ज्यादा प्रेमी है, एक गल याद रखिया करो कि वह जिहड़ा रिकॉर्ड मनेरे ते बज रहे है ना, वह तुसी कल्ले नहीं सुन रहे, वह अपनी नौजवान भैन भी सुन रही, वो साड़ी नौजवान बच्ची भी सुन रही। बस इन्नी क गल मन विच ख्याल करिया करो, जदों 200 रुपया दे के वह गंद तुसी मनेरिया ते विकाउने है ना पिंडा विच, कल्ले नहीं आपां आदमी सुनदे, ਉਹ ਆਪ ਨਿਰਣਾ ਕਰਨੇ ਤੁਸੀਂ ਦੁਆਨ ਤੋਂ ਬਾਅਦ ਕਿ ਉਹ ਸਾਡੀ ਭੈਣ ਜਾਂ ਧੀ ਦੇ ਕੰਨਾਂ ਵਿੱਚ ਆਵਾਜ਼ ਪੈਣ ਜੋਗੀ ਹੈ। ਬਸ ਇੰਨਾ ਕੁ ਵਿਚਾਰ ਕਰ ਲਓ, ਆਪਾਂ ਧੀਆਂ ਭੈਣ ਵਾਲੇ ਸਾਰੇ, ਵੀ ਉਹ ਆਵਾਜ਼ ਸਾਡੀਆਂ ਬੱਚੀਆਂ ਨੂੰ ਸੁਣਨੇ ਜੋਗੀ ਹੈ ਤੇ ਜਿਹੜੀ ਅਸੀਂ ਪੈਸੇ ਦੇ ਕੇ ਸੁਣਾ ਰਹੇ ਹਾਂ, ਮੁਫ਼ਤ ਨਹੀਂ, ਆਮ ਨਹੀਂ ਆ ਰਹੀ। ਕੋਲ 100 ਰੁਪਇਆ ਦਿੱਤਾ, ਡੱਬਾ ਚੱਕਣ ਵੀ ਗਏ ਹੈ ਤੇ ਸਾਈ ਦੇਣ ਗਏ, ਪੁੱਛਿਆ ਵੀ ਹੈ ਕਿ ਫਲਾਣਾ ਫਲਾਣਾ ਰਿਕਾਰਡ ਹੈ ਵੀ ਤੇਰੇ ਕੋਲ, ਨਹੀਂ ਅਸੀਂ ਕਿਸੇ ਹੋਰ ਨੂੰ ਟੋਲੀਏ ਤੇ ਨਾ। ਇਹ ਨਵੀਂ ਗੱਲ ਤੇ ਹੋਰ ਹੋ ਗਈ ਹੈ ਨਾ, ਅਖੰਡ ਪਾਠ ਤੇ ਹੁੰਦਾ 48 ਘੰਟੇ ਵਿੱਚ, ਭੁੱਲ ਪੈ ਜਾਂਦਾ ਨਾ 30 ਦਿਨ, ਤੇ ਮੰਗਣਾ ਹੁੰਦਾ 72 ਘੰਟੇ ਚ, ਅੱਜ ਕਹੇ ਆਖੋ ਸਤਨਾਮ। ਵੇਖ ਲਓ ਤੁਸੀਂ ਸਾਡੀ ਸਿੱਖੀ, ਅਖੰਡ ਪਾਠ ਦਾ 30 ਦਿਨ ਭੁੱਲ ਪੈ ਕੇ ਲਾਊਡ ਸਪੀਕਰ ਚੁਕਾ ਲਿਆ, ਜੇ ਮੰਗਣਾ ਹੋਵੇ ਤਾਂ 72 ਘੰਟੇ ਚੱਲਣਾ, 72 ਘੰਟੇ। ਗੁਰੂ ਅਰਜਨ ਪਾਤਸ਼ਾਹ ਅਕਾਲ ਪੁਰਖ ਨੂੰ ਕੀ ਕਹਿੰਦੇ ਨੇ, ਇਹ ਮੇਰੇ ਵਾਹਿਗੁਰੂ ਜੇ ਕਿਤੇ ਕੋਈ ਗਲਤ ਆਵਾਜ਼ ਬੋਲੇ ਤਾਂ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ। ਗੁਰੂ ਅਰਜਨ ਕਹਿੰਦੇ ਉਦੋਂ ਮੇਰੇ ਕੰਨੇ ਬੰਦ ਕਰ ਦੀ, ਅੱਜ ਕਹੇ ਆਖੋ ਸਤਨਾਮ। ਆਪਾਂ ਵੀ ਉਹਦੇ ਸੀ, ਜੇ ਕੋਈ ਗਲਤ ਆਵਾਜ਼ ਆਉਂਦੀ ਹੈ ਮੇਰੇ ਕੰਨਾਂ ਚੋਂ ਸੁਣਨ ਦੀ ਸ਼ਕਤੀ ਖਤਮ ਕਰ ਦੇ ਤਾਂ ਕਿ ਮੈਨੂੰ ਉਹ ਸੁਣੇ ਨਾ। ਤੇ ਅੱਜ ਦੇ ਸਿੱਖ ਪੈਸੇ ਦੇ ਕੇ ਉਹਨਾਂ ਨੂੰ ਕੰਨਾਂ ਕੋਲ ਵਜਾਉਂਦੇ ਨੇ। ਉਹ ਜਿਹੜੀ ਆਵਾਜ਼ ਗੰਦੀ ਸਾਡੇ ਅੰਦਰ ਜਾ ਰਹੀ ਹੈ, ਉਹ ਰੋਗ ਦੇ ਕੀਟਾਣੂ ਜਾ ਰਹੇ ਨੇ, ਉਹ ਬਿਮਾਰੀ ਜਾ ਰਹੀ ਹੈ, ਉਹਦਾ ਖੂਨ ਬਣਨਾ। ਗੁਰਸਿੱਖ ਪਿਆਰੇ, ਉਹ ਜੋ ਅੱਖਾਂ ਨਾਲ ਦੇਖ ਰਹੇ ਹੋ, ਇਹ ਨਹੀਂ ਕਹਿਣਾ ਵੀ ਇਹਦਾ ਖੂਨ ਨਹੀਂ ਬਣਨਾ, ਬਣੇਗਾ। ਕੀ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ? ਐਸੀ ਨੀਚਤਾ ਜ਼ਮਾਨੇ ਵਿੱਚ ਆ ਗਈ, ਖੁਆਰ ਲਾਏ ਹੋਏ ਨੇ ਸਾਡੇ ਘਰਾਂ ਵਿੱਚ, ਤੁਹਾਡੇ ਸਾਡੇ ਸਭ ਦੇ ਹੀ ਹੈ। ਐਸੀਆਂ ਅਸਭਿਆ ਨੀਚ ਫੋਟੋਆਂ ਅਖਬਾਰਾਂ ਵਿੱਚ ਛਪਦੀਆਂ ਨੇ। ਇੱਕ ਸਿਆਣਾ ਬਾਪ ਤੇ ਭਾਈ ਕਹਿੰਦਾ ਇਹ ਧੀ ਭੈਣ ਦੇ ਹੱਥ ਵਿੱਚ ਅਖਬਾਰ ਵੀ ਨਹੀਂ ਜਾਣਾ ਚਾਹੀਦਾ, ਉਹ ਸਾਡੇ ਘਰਾਂ ਵਿੱਚ ਪ੍ਰੈਸ ਭੇਜ ਰਹੀ ਹੈ। ਇੱਕ ਮੈਂ ਨਾਂ ਦੀ ਨਾਂ ਤੁਹਾਨੂੰ ਬੇਨਤੀ ਕਰ ਜਾਂਦਾ ਕਿ ਜਿੰਨੀ ਗਲਤ ਲਿਟਰੇਚਰ, ਜਿੰਨੀ ਗਲਤ ਰਿਕਾਰਡਿੰਗ, ਜਿੰਨੀ ਸਾਧ ਸੰਗਤ ਫੋਟੋ ਪੰਜਾਬ ਵਿੱਚ ਅਸਭਿਅ ਅਤੇ ਨੀਚ ਛਪ ਰਹੀਆਂ ਨੇ ਨਾ, ਹਿੰਦੁਸਤਾਨ ਦੇ ਬਾਕੀ 18 ਸੂਬਿਆਂ ਵਿੱਚ ਕਿਤੇ ਵੀ ਨਹੀਂ। ਇੰਨਾ ਗੰਦਾ ਰਿਕਾਰਡ, ਇੰਨੀ ਗੰਦੀ ਫੋਟੋ, ਇੰਨੇ ਗੱਡੇ ਸਾਧ ਸੰਗਤ ਗੀਤ ਰਿਕਾਰਡ ਤੁਹਾਨੂੰ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਣਗੇ। ਮੈਨੂੰ 13 ਸਟੇਟਾਂ ਵੀ ਜਾਣ ਦਾ ਸਮਾਂ ਮਿਲ ਰਿਹਾ, ਨਾ ਇੰਨੀ ਗੰਦੀ ਤਸਵੀਰ, ਨਾ ਇੰਨਾ ਗੰਦਾ ਰਿਕਾਰਡ ਤੁਹਾਨੂੰ ਨਹੀਂ ਹਿੰਦੁਸਤਾਨ ਵਿੱਚ ਮਿਲੂਗਾ। ਤੇ ਨਾ ਦੀ ਨਾਲ ਮੈਂ ਤੁਹਾਨੂੰ ਬਚਨ ਕਰ ਜਾਂਦਾ ਕਿ ਇਹ ਇੱਥੇ ਪੰਜਾਬ ਵਿੱਚ ਤਾਂ ਸ਼ੁਰੂ ਕੀਤਾ ਗਿਆ ਸਿੱਖੀ ਦੀਆਂ ਜੜਾਂ ਵੱਢਣ ਵਾਸਤੇ। ਤੇ ਨੋਟ ਕਰ ਲਿਓ, ਇੱਕ ਤਾਂ ਦਰਖਤ ਨੂੰ ਛਾਂਗਣਾ ਹੁੰਦਾ ਉੱਪਰੋਂ, ਪਿਛਲੇ ਸਮੇਂ ਤਾਂ ਦਰਖਤ ਸਿੱਖੀ ਨੂੰ ਉੱਤੋਂ ਉੱਤੋਂ ਛਾਂਗਦੇ ਰਹੇ ਨੇ, ਹੁਣ ਸਮਾਂ ਆ ਗਿਆ ਕਿ ਉੱਤੋਂ ਛਾਂਗਿਆ ਹੋਇਆ ਦਰਖਤ ਤਾਂ ਪਰ ਨੂੰ ਫੇਰ ਫੁੱਟਿਆ ਹੋਊਗਾ, ਹੁਣ ਜੜ ਵੱਢੀ ਜਾਵੇ ਤਾਂ ਕਿ ਦੁਬਾਰਾ ਫੁੱਟੇ ਨਾ। ਅੱਜ ਕਹੇ ਆਖੋ ਸਤਨਾਮ। ਉਹ ਸਮਾਂ ਹੁਣ ਸਾਡੇ ਤੇ ਬੀਤ ਰਿਹਾ, ਇਹਦੇ ਵਿੱਚ ਬਹੁਤ ਡੂੰਘੀਆਂ ਗੱਲਾਂ ਨੇ, ਇੰਨਾ ਗੰਦ, ਕਿਵੇਂ ਪਰਮਿਸ਼ਨ ਮਿਲਦੀ ਹੈ ਇਹਨਾਂ ਚੀਜ਼ਾਂ ਦੀ? ਆ ਤੁਸੀਂ ਸਿਆਣੇ ਬੈਠੇ ਹੋ, ਮੇਰੀਆਂ ਵੀ ਬੱਚੀਆਂ ਨੇ, ਤੁਹਾਡੀਆਂ ਬੱਚੀਆਂ ਨੇ, ਜਦੋਂ ਇੱਕ ਬਾਪ ਤੋਂ ਨੌਜਵਾਨ ਧੀ ਟੀਵੀ ਦੇ ਸਾਹਮਣੇ ਬੈਠੀ ਹੈ, ਉਹਦੇ ਵਿੱਚ ਜੋ ਕੁਝ ਹੋ ਰਿਹਾ ਹੈ, ਕੀ ਬਾਪ ਤੇ ਧੀ ਦੇ ਦੇਖਣ ਜੋਗਾ ਉਹ ਕੰਮ? ਇਹਨਾਂ ਨੂੰ ਸੋਚਿਆ ਕਰੋ ਗੱਲਾਂ ਨੂੰ। ਮੈਂ ਕੋਈ ਤੁਹਾਡੀ ਕਿਰਪਾ ਨਾਲ ਜੇ 2 ਘੰਟੇ ਕੀਰਤਨ ਦੇ ਹੀ ਲੰਘਾਉਣੇ ਹੋਣ ਤਾਂ 8-10 ਧਾਰਨਾ ਚਿਮਟੇ ਪੜ ਕੇ ਵੀ ਲੰਘ ਸਕਦੇ ਨੇ। 10 ਧਾਰਨਾ ਤੁਹਾਨੂੰ ਸੁਣਾ ਦਈਏ ਤੇ ਤੁਸੀਂ ਤੁਰ ਜਾਣਾ, ਪਰ ਬੇਨਤੀ ਤੁਹਾਨੂੰ ਇੰਨੀ ਹੈ ਗੁਰਮੁਖੋ
ਜਦੋਂ ਤੁਸੀਂ ਘਰ ਤੋਂ ਆ ਰਹੇ ਸੀ ਨਾ ਦੀਵਾਨ ਨੂੰ, ਤੁਹਾਨੂੰ ਕੋਈ ਰਸਤੇ 'ਚ ਪੁੱਛੇ ਤੁਸੀਂ ਕਿੱਥੇ ਚੱਲੇ ਹੋ, ਤੁਸੀਂ ਸੱਚ ਕਹੋਗੇ ਕਿ ਦੀਵਾਨ ਸੁਣ ਚੱਲੇ ਨਾ, ਸਭ ਸੰਗਤ ਦੀਵਾਨ ਸੁਣਨ ਆਈ ਹੈ, ਇਹੀ ਕਹੋਗੇ ਨਾ, ਘਰਦਿਆਂ ਨੂੰ ਵੀ ਇਹੀ ਕਹਿ ਕੇ ਆਏ ਹੋ। ਲਓ ਤਿੰਨ ਘੰਟੇ ਬਾਅਦ ਜਦੋਂ ਤੁਸੀਂ ਮੁੜਨਾ ਹੈ ਤੇ ਫਿਰ ਤੁਹਾਨੂੰ ਕੋਈ ਪੁੱਛੇ ਕਿੱਥੋਂ ਆਏ ਹੋ ਬਈ, ਤੇ ਤੁਸੀਂ ਫੇਰ ਵੀ ਇਹੀ ਕਹਿਣਾ ਮੈਂ ਦੀਵਾਨ ਸੁਣ ਕੇ ਆਇਆ। ਅਖਿਮਾ ਕਰਨਾ, ਹੁਣ ਸਿਆਣੇ ਸੱਜਣ ਬੈਠੇ ਹੋ, ਸੁਣਨੇ ਤੋਂ ਆਇਆ ਤੇ ਸੁਣ ਕੇ ਹੀ ਮੁੜ ਗਿਆ, ਤੇ ਕੱਖ ਵੀ ਨੀ ਖੱਟਿਆ, ਇੱਕ ਨਵੇਂ ਪੈਸੇ ਦਾ ਕੰਮ ਵੀ ਨੀ ਤੂੰ ਕੀਤਾ, ਇੱਥੇ ਆਉਣ ਸੁਣਨ ਵਾਸਤੇ, ਪਰ ਜਾਓ ਕੁਛ ਜਾਣ ਕੇ। ਅੱਜ ਕਹੇ ਆਖੋ ਸਤਿ, ਇਸੇ ਚੀਜ਼ ਦੀ ਅੱਜ ਸਾਡੇ ਪ੍ਰਚਾਰ ਵਿੱਚ ਘਾਟ ਹੈ। ਸੁਣਨ ਨੂੰ ਸਾਡੇ ਕੋਲ, ਸੁਣਾਉਣ ਨੂੰ ਬਹੁਤ ਕੁਝ ਹੈ, ਪਰ ਕਿਸੇ ਦੇ ਪੱਲੇ ਪਾਉਣ ਨੂੰ ਕੱਖ ਵੀ ਨੀ। ਉਸ ਸੁਣੇ ਦਾ ਇੱਕ ਡੱਕਾ ਫਾਇਦਾ ਨੀ ਜਿਸ ਸੁਣੇ ਵਿੱਚੋਂ ਤੂੰ ਕੁਝ ਜਾਣਿਆ ਨੀ, ਉਸ ਦੇਖਣ ਦਾ ਡੱਕਾ ਫਾਇਦਾ ਨੀ ਜਿਸ ਦਰਸ਼ਨਾਂ ਵਿੱਚੋਂ ਤੂੰ ਕੁਝ ਜਾਣਿਆ ਨੀ, ਉਸ ਗ੍ਰੰਥ ਦੇ ਪੜ੍ਹੇ ਦਾ ਵੀ ਕੱਖ ਫਾਇਦਾ ਨੀ ਜਿਸ ਪੜ੍ਹਨ ਵਿੱਚੋਂ ਤੈਨੂੰ ਕੁਝ ਗਿਆਨ ਨੀ ਜਾਣਿਆ ਨੀ ਗਿਆ। ਗੁਰਸਿੱਖ ਪਿਆਰੋ, ਅੱਖਾਂ ਨਾਲ ਜੋ ਕੁਝ ਵੇਖਦੇ ਹੋ ਇਹਦਾ ਖੂਨ ਬਣਨਾ, ਹੱਥਾਂ ਨਾਲ ਜੋ ਕੁਝ ਕਰਦੇ ਹੋ ਖੂਨ ਬਣੂਗਾ। ਇਹ ਨੀ ਕਿ ਖੁਰਾਕ ਦਾ ਹੀ ਖੂਨ ਬਣਦਾ, ਇਹ ਜਿਹੜੇ ਦਸ ਇੰਦਰੇ ਦਸ ਦੁਆਰੇ ਸਾਡੇ ਲਾਏ ਨੇ ਵਾਹਿਗੁਰੂ ਨੇ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇੱਕ ਹੋਰ ਬੜੀ ਗੱਲ ਹੋ ਗਈ, ਦਸ ਦਸ ਦਰਵਾਜੇ ਤਾਂ ਆਪਾਂ ਵੀ ਆਪਣੇ ਕੋਠੀਆਂ ਨੂੰ ਲਾ ਲੈਂਦੇ ਹਾਂ, ਪਰ ਸਾਡੇ ਦਰਵਾਜੇ ਤਾਂ ਲਾ ਤੇ ਸਤਿਗੁਰਾਂ ਨੇ, ਇਸ ਕੋਠੀ ਨੂੰ ਦਸ ਦਰਵਾਜੇ, ਨੌ ਖੁੱਲੇ ਛੱਡ ਦਿੱਤੇ, ਉਹਨਾਂ ਨੂੰ ਫਾਟਕ ਨੀ ਲਾਏ, ਜੋੜੀਆਂ ਨੀ ਚੜਾਈਆਂ। ਦੇਖੋ ਕੈਸਾ ਪ੍ਰਮਾਣ ਪੰਚਮ ਪਾਤਸ਼ਾਹ ਦੇ ਰਹੇ ਨੇ, ਨਵੰਤ ਦੁਆਰਨ ਭੀਤ ਰਹਿਤੇ ਬਾਹਰ ਰੂਪ ਸਤੰਭ ਨੇ। ਪੰਜਵੇਂ ਪਾਤਸ਼ਾਹ ਸੰਸਕ੍ਰਿਤ ਵਿੱਚ ਕਰਦੇ ਨੇ ਇਹਦਾ ਵਿਚਾਰ ਕਿ ਨੌ ਦੁਆਰੇ ਤੇਰੀ ਕੋਠੀ ਨੂੰ ਲਾ ਦਿੱਤੇ, ਪਰ ਭੀਤ ਰਹਿਤੇ ਤਖਤੇ ਲਾਏ ਹੀ ਨੀ, ਤਖਤਾ ਨੀ ਲਾਇਆ, ਬਾਹਰ ਰੂਪ ਉਹ ਹਵਾ ਦੇ ਨਾਲੇ ਖੜਾਏ ਹੋਏ ਹੈ। ਅੱਜ ਕਹੇ ਆਖੋ ਸਤਨਾਮ। ਹੁਣ ਤੁਸੀਂ ਇੱਕ ਕੋਠੀ ਬਣਾਓ ਗੁਰਮੁਖ ਪਿਆਰੇ, ਦਸ ਦਰਵਾਜੇ ਲਾ ਲਓ ਉਹਨੂੰ, ਇੱਕ ਤਾਂ ਬੰਦ ਕਰ ਦਿਓ ਤੇ ਨੌਵਾਂ ਨੂੰ ਖਿੜਕੀਆਂ ਤਖਤੇ ਲਾਓ ਹੀ ਨਾ, ਕਿਹੜਾ ਮੰਜੇ ਛੱਡ ਦੂ ਉੱਥੇ, ਬਿਸਤਰੇ ਛੱਡ ਦੂ ਤੁਹਾਡੇ, ਉਦੋਂ ਤਾਂ ਭਾਂਡੇ ਵੀ ਨੀ ਛੱਡਣੇ ਕਿਸੇ ਨੇ। ਆਹੀ ਹਾਲ ਸਾਡਾ, ਸਾਡੀ ਦੇਹ ਰੂਪ ਕੋਠੀ ਦਾ, ਨੌ ਦੁਆਰੇ ਖੁੱਲ੍ਹੇ ਹੀ ਪਏ ਨੇ, ਹਵਾ ਦਾ ਹੀ ਆਸਰਾ ਹੈ, ਤੇ ਉਹ ਨੌ ਦੁਆਰੇ ਰਹੀ ਜਿਹੜੇ ਵਿਕਾਰ ਤੇਰੇ ਅੰਦਰ ਜਾ ਰਹੇ ਨੇ, ਸਾਰਿਆਂ ਦਾ ਹੀ ਖੂਨ ਬਣਦਾ ਹੈ। ਪੈਰਾਂ ਨਾਲ ਮੰਦ ਕਰਮ ਲਈ ਤੁਰੇਗਾ, ਉੱਥੇ ਰੱਖਦੇ ਬੀਬੀ, ਉੱਥੇ ਸਾਡੇ ਕੋਲੇ ਆ ਜਾਣੇ। ਗੁਰਮੁਖ ਪਿਆਰੋ, ਨੌ ਦਰਵਾਜਿਆਂ ਰਾਹੀਂ, ਪੈਰਾਂ ਰਾਹੀਂ ਜਦ ਕਿਸੇ ਮੰਦ ਕਰਮ ਵੱਲ ਤੁਰੇਗਾ ਤੇ ਦੇਖਣ ਜਾਂਦਾ ਹੋਵੇ ਸਿਨੇਮਾ, ਤੇ ਉੱਥੇ ਸੁਖਮਨੀ ਥੋੜੋ ਯਾਦ ਆਉਣੀ ਹੈ, ਯਾਦ ਆਉਣੀ ਹੈ। ਵਿਕਾਰ ਵੱਲ ਪੈਰ ਤੁਰਨਗੇ ਤੇ ਤਸੀਰ ਵਿਕਾਰੀ ਬਣੂਗੀ, ਹੱਥਾਂ ਨਾਲ ਵਿਕਾਰ ਕਰੇਗਾ ਖੂਨ ਵਿਕਾਰੀ ਬਣੂਗਾ। ਬੜਾ ਮੋਟਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਹੀ। ਤੁਸੀਂ ਬਹੁਤ ਵਾਰ ਸੁਣੀ ਹੈ ਗੱਲ, ਪਰ ਵਿੱਚੋਂ ਕੁਝ ਨੁਕਤਾ ਹੁੰਦਾ। ਬੜੇ ਮਹਾਬਲੀ ਸੀ ਪੰਜੇ ਪਾਂਡਵ ਸੂਰਬੀਰ, ਇਹਨਾਂ ਦੇ ਅਸਲੀ ਨਾਂ ਵੀ ਹੈਗੇ ਗ੍ਰੰਥਾਂ ਵਿੱਚ ਕਿਸੇ ਨੇ ਪੜ੍ਹਨੇ ਹੋਣ, ਜਿਹਨੂੰ ਤੁਸੀਂ ਯੁਧਿਸ਼ਠਿਰ ਕਹਿੰਦੇ ਹੋ ਨਾ, ਇਹਦਾ ਅਸਲ ਨਾਮ ਹੈ ਯੁੱਧ ਸਥਰ। ਯੁੱਧ ਸਥਰ ਸ਼ਬਦ ਵਿਗੜ ਕੇ ਯੁਧਿਸ਼ਠਿਰ ਬਣਿਆ, ਭਾਵ ਜਿਹਨੂੰ ਜੰਗੇ ਮੈਦਾਨ ਵਿੱਚੋਂ ਕੋਈ ਹਿਲਾ ਨਾ ਸਕੇ। ਯੁੱਧ ਵਿੱਚ ਸਥਰ ਰਹਿਣ ਵਾਲਾ, ਕਾਇਮ ਰਹਿਣ ਵਾਲਾ, ਭੈ ਮਈ ਸ਼ਬਦ ਤੋਂ ਭੀਮ ਬਣਿਆ, ਜਿਹਨੂੰ ਦੇਖ ਕੇ ਦੁਸ਼ਮਣ ਡਰ ਜਾਵੇ, ਭੈ ਮਈ ਤੋਂ ਅਸੀਂ ਭੀਮ ਬਣਾ ਲਿਆ। ਔਰ ਜਨ ਅਰੀ ਨਾਮ ਵੈਰੀ ਦਾ ਹੈ, ਦੁਸ਼ਮਣ ਦਾ ਹੈ, ਤੇ ਜਨ ਨਾਮ ਹੈ ਗੋਲੇ ਦਾ, ਜਿਹਦੇ ਵਿੱਚ ਇਹ ਸ਼ਕਤੀ ਸੀ ਕਿ ਤੀਰਾਂ ਨਾਲ ਸਾਰੇ ਦੁਸ਼ਮਣਾਂ ਨੂੰ ਗੋਲੇ ਬਣਾ ਲੈਂਦਾ ਸੀ। ਇਹੋ ਜਿਹੇ ਸੂਰਬੀਰ ਸੀ ਪੰਜੇ ਪਾਂਡਵ, ਪਰ ਗੁਰਮੁਖ ਪਿਆਰੇ ਉਹਨਾਂ ਨੇ ਇੱਕੋ ਦਿਨ ਸ਼ਰਾਬ ਪੀਤੀ ਤੇ ਜੂਆ ਖੇਡਿਆ, ਬਹੁਤੇ ਚਿਰ ਨਹੀਂ। ਮੂੰਹ ਨਾਲ ਤਾਂ ਸ਼ਰਾਬ ਪੀਤੀ ਸੀ, ਜੂਆ ਤਾਂ ਹੱਥਾਂ ਨਾਲ ਖੇਡਿਆ ਸੀ। ਅੱਜ ਕਹੇ ਆਖੋ ਜੂਆ ਤਾਂ ਹੱਥਾਂ ਨਾਲ ਖੇਡਿਆ ਸੀ ਨਾ, ਤੇ ਗੱਲ ਐਸੀ ਬਣੀ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਆਪਣੀਆਂ ਵਾਰਾਂ ਵਿੱਚ ਕਿ ਅੰਦਰ ਸਭਾ ਦੁਸ਼ਾਸਨ ਹੈ, ਮਥੇ ਵਾਲ ਦਰੋਗਤਾ ਆਉਂਦੀ। ਹੁਣ ਪਾਠ ਤਾਂ ਸਾਡਾ ਲਾਉਣਾ ਮੱਥੇ ਹੀ ਵਾਲ ਕਰ ਦਿੰਦਾ, ਮੱਥੇ ਅਧਿਕ ਨੀ ਲਾਉਣੀ, ਮੱਥੇ ਤੇ ਕਿਸੇ ਬੀਬੀ ਦੇ ਜਾਂ ਆਦਮੀ ਦੇ ਵਾਲ ਨਹੀਂ ਹੁੰਦੇ ਕਦੇ ਵੀ। ਹਾਂ ਡੰਗਰ ਪਸ਼ੂਆਂ ਦੇ ਤਾਂ ਮੱਥੇ ਤੇ ਵਾਲ ਹੁੰਦੇ,
ਮਥਾ ਵਾਲ ਬਾਲਾਂ ਤੋਂ ਘੜੀਸ ਕੇ ਬਾਂਹ ਤੋਂ ਫੜ ਕੇ ਨਹੀਂ ਸੀ ਲਿਆਂਦੀ, ਬਾਲਾਂ ਤੋਂ ਫੜ ਕੇ ਦਰੋਪਦੀ ਲਿਆਂਦੀ ਸੀ ਤੇ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਗੁਰਸਿੰਘ ਪਿਆਰਿਓ ਅਗਲੀ ਜਿਹੜੀ ਤੁਕ ਲਿਖੀ ਹੈ ਨਾ ਭਾਈ ਸਾਹਿਬ ਜੀ ਨੇ ਬੜੀ ਪਤੇ ਦੀ ਲਿਖੀ ਹੈ। ਭਾਈ ਸਾਹਿਬ ਕਹਿੰਦੇ ਹੁਕਮ ਕਰ ਦਿੱਤਾ ਦੁਰਯੋਧਨ ਨੇ ਬਸਤਰ ਉਤਾਰ ਦਿਓ ਤੇ ਹੁਣ ਬਚਨ ਕਰਦੇ ਨੇ ਕਿ ਹੁਕਮ ਕੀਤਾ ਕਿੱਥੇ ਹੈ। ਬੜੀ ਤੂਕ ਦਿੱਤੀ ਉਹਨਾਂ ਨੇ, ਕਹਿੰਦੇ ਜਦੋਂ ਬਸਤਰ ਉਤਾਰਨ ਦਾ ਹੁਕਮ ਕੀਤਾ ਤਾਂ ਉਹਦੇ ਪੰਜ ਪਤੀ ਵੀ ਦੇਖ ਰਹੇ ਸੀ, ਕਿਤੇ ਪੜਦੇ ਵਿੱਚ ਨਹੀਂ ਸੀ ਕੀਤਾ। ਪੰਜੇ ਪਾਂਡੋ ਦੇਖਦੇ, ਬੜੀ ਸੋਹਣੀ ਮਿਸਾਲ ਦਿੱਤੀ ਉਹਨਾਂ ਨੇ, ਪੰਜ ਪਤੀ ਉਹਦੇ ਜਿਉਂਦੇ ਵੇਖਦੇ ਹੋਣ ਤੇ ਘਰ ਵਾਲੀ ਨੂੰ ਕੋਈ ਬੇਪਤ ਕਰੇ, ਗੁਰਮੁਖੋ ਇਹ ਜ਼ਿੰਦਗੀ ਨਹੀਂ ਸੀ, ਅੱਜ ਕੇ ਆਖੋ ਸਤਨਾਮ, ਇਹਦੇ ਨਾਲ ਮਰ ਜਾਣਾ ਚੰਗਾ ਸੀ। ਭਾਈ ਸਾਹਿਬ ਕਹਿੰਦੇ ਕਿਤੇ ਕਿਤੇ ਲੁਕੋ ਕੇ ਨਹੀਂ ਸੀ ਕੰਮ ਹੋ ਰਿਹਾ, ਪੰਜਾਂ ਦੇ ਸਾਹਮਣੇ ਹੁਕਮ ਕੀਤਾ ਇਹਦੇ ਬਸਤਰ ਤਾਰ ਦੇ। ਕਹਿੰਦੇ ਜਿਸ ਸਮੇਂ ਹੁਕਮ ਕੀਤਾ ਦੁਰਯੋਧਨ ਨੇ, ਉਹ ਜਿਹੜੇ ਸਿਪਾਹੀ ਸੀ ਉਹ ਡਰ ਗਏ, ਜਿਹੜੇ ਉਹਦੇ ਮੁਲਾਜ਼ਮ ਸੀ ਡਰੇ, ਕਿਉਂਕਿ ਪੰਜ ਪਾਂਡਵ ਸਾਹਮਣੇ ਉਹਨਾਂ ਦੀ ਤਾਕਤ ਨੂੰ ਉਹ ਜਾਣਦੇ। ਮੋਟੀ ਜੀ ਉਹ ਗੱਲ ਹੈ, ਕੋਈ ਚੱਲਦਾ ਪੁਰਜਾ ਘਰ ਹੋਵੇ, ਪੁਲਿਸ ਨੇ ਫੜਨਾ ਹੋਵੇ ਨਾ ਕੋਈ ਉਹਨਾਂ ਦਾ ਬੰਦਾ, ਪਹਿਲਾਂ ਹੀ ਸੁਨੇਹਾ ਭੇਜਦੇ ਵੀ ਇੰਨੇ ਕੁ ਵਜੇ ਆਵਾਂਗੇ, ਪਾਸੇ ਹੋ ਜੇ ਉਹ ਅੱਜ ਕੇ ਆਖੋ ਸਤਨਾਮ। ਇਹ ਰੀਤ ਚੱਲਦੀ ਉਹ ਹੈ, ਹਰ ਇੱਕ ਨੂੰ ਹੱਥ ਨੀ ਪਾਉਂਦੇ ਹੁੰਦੇ, ਜੇ ਕੋਈ ਆਮ ਹੋਵੇ ਹੁਣ ਤੋਂ ਦੱਸਣਾ ਵੀ ਕਦ ਆਉਣਾ ਸੀ। ਉਹ ਵੀ ਵਿਚਾਰੇ ਡਰਦੇ ਸੀ ਵੀ ਪੰਜਾਂ ਪਾਂਡਵਾਂ ਦੀ ਰਾਣੀ ਹੈ, ਹੱਥ ਨੀ ਸੀ ਪਾਇਆ ਉਹਨਾਂ ਨੇ। ਭਾਈ ਸਾਹਿਬ ਜੀ ਨੇ ਬਚਨ ਕੀਤਾ ਫਿਰ ਹੱਥ ਕਦੋਂ ਪਾਇਆ, ਨੰਗੀ ਕਰੋ ਪੰਚਾਲੀ ਬਾਂਦੀ, ਦੋ ਸ਼ਬਦ ਇਕੱਠੇ ਲਿਖਣ ਦੀ ਲੋੜ ਨਹੀਂ ਸੀ। ਪੰਚਾਲੀ ਪੰਜਾਂ ਦੇ ਘਰ ਵਾਲੀ ਰਾਣੀ ਤੇ ਰਾਣੀ ਦੇ ਨਾਲ ਬਾਂਦੀ ਕਿਹਾ ਭਾਈ ਸਾਹਿਬ ਜੀ ਨੇ, ਉਹ ਰਾਣੀ ਸਮਝ ਕੇ ਹੱਥ ਨਹੀਂ ਸੀ ਪਾਉਂਦੇ। ਦੁਰਯੋਧਨ ਕਹਿੰਦਾ ਇਹਨੂੰ ਰਾਣੀ ਨਾ ਸਮਝੋ, ਹੁਣ ਤਾਂ ਮੇਰੀ ਜੂਏ ਵਿੱਚ ਜਿੱਤੀ ਹੋਈ ਗੋਲੀ ਹੈ। ਰਾਣੀ ਸਮਝ ਕੇ ਨਾ ਡਰੋ ਹੱਥ ਪਾਉਣ ਨੂੰ, ਹੁਣ ਤਾਂ ਬਾਂਦੀ ਹੈ, ਹੱਥ ਪਾਓ ਬਸਤਰ ਉਤਾਰੋ। ਤਾਂ ਉਸ ਸਮੇਂ ਗੁਰਸਿੱਖ ਪਿਆਰੇ ਉਹ ਪ੍ਰਸਥਿਤੀ ਲਿਖੀ ਹੈ ਕਿ ਪਹਿਲਾਂ ਤਾਂ ਦਰੋਪਦੀ ਨੂੰ ਆਪਣੇ ਤੇ ਮਾਣ ਸੀ ਕਿ ਪੰਜਾਂ ਦੀ ਰਾਣੀ ਹੈ, ਕੌਣ ਹੱਥ ਪਾਓ ਡਰਨਗੇ। ਪਰ ਜਦੋਂ ਦੂਤ ਨੇੜੇ ਆ ਗਏ ਉਦੋਂ ਉਹਨੇ ਪੰਜਾਂ ਪਤੀਆਂ ਵੱਲ ਵੇਖਿਆ ਕਿ ਸਾਹਮਣੇ ਬੈਠੇ ਮੇਰੀ ਮਦਦ ਕਰਨਗੇ, ਪਰ ਗਰੀਬ ਨੀਚੇ ਕਹਿ ਨਿਹਾਰੀ ਹੈ। ਦਰੋਪਦੀ ਨੇ ਜਦੋਂ ਉਹਨਾਂ ਵੱਲ ਵੇਖਿਆ ਉਹਨਾਂ ਦੀ ਧੌਣ ਧਰਤੀ ਵੱਲ ਝੁਕੀ ਹੋਈ, ਉਹ ਸੌਖੀ ਘੜੀ ਵਿੱਚ ਆਪਣੀ ਇਸਤਰੀ ਵੱਲ ਵੇਖ ਵੀ ਨਹੀਂ ਰਹੇ। ਗੁਰਸਿੱਖ ਪਿਆਰੇ ਉਹ ਤੀਸਰਾ ਮਾਣ ਕੀਤਾ ਦਰੋਪਦੀ ਨੇ ਦਰੋਣਾਚਾਰੀਏ ਗੁਰੂ ਤੇ, ਜੋ ਕੌਰਵਾਂ ਪਾਂਡਵਾਂ ਦਾ ਸ਼ਾਸਤਰ ਗੁਰੂ ਸੀ, ਉਹ ਦੁਰਯੋਧਨ ਦੇ ਬਰਾਬਰ ਬੈਠਾ ਸੀ ਕੁਰਸੀ ਡਾਹੀ ਜਿਸ ਸਮੇਂ ਇਹ ਕੰਮ ਹੋਇਆ। ਦਰੋਪਦੀ ਨੂੰ ਮਾਣ ਸੀ ਕਿ ਧਰਮ ਦਾ ਗੁਰੂ ਰਾਜੇ ਦੇ ਕੋਲ ਬੈਠਾ ਹੈ, ਉਹ ਆਪਣੇ ਚੇਲੇ ਤੋਂ ਮਾੜਾ ਕੰਮ ਨਹੀਂ ਹੋਣ ਦਊਗਾ। ਦਰੋਣਾਚਾਰੀਆਂ ਨੂੰ ਤੱਕਿਆ ਸੀ ਦਰੋਪਦੀ ਨੇ ਕਿ ਗੁਰੂ ਕੋਲ ਬੈਠੇ ਚੇਲਾ ਮਾੜਾ ਕੰਮ ਕਿਵੇਂ ਕਰੇ, ਪਰ ਜਦ ਉਹਨੇ ਵੇਖਿਆ ਦਰੋਣਾਚਾਰੀਏ ਨੇ ਵੀ ਹਾਂ ਨਹੀਂ ਭਰੀ। ਇਹ ਗੱਲ ਹੁਣ ਆਪਾਂ ਵੀ ਆਪਣੇ ਤੇ ਅਪਲਾਈ ਕਰ ਲਿਆ ਕਰੋ। ਗੁਰੂ ਪੀਰ ਤਾਂ ਹੀ ਬਾਂਹ ਫੜਦਾ ਜੇ ਸਾਡੇ ਕਰਮ ਚੰਗੇ ਹੋਣ, ਅੱਜ ਕੇ ਆਖੋ ਸਤਨਾ। ਜੇ ਸਾਦੀ ਜੀ ਮਿਸਾਲ ਲੈਣੀ ਹੈ, ਕਈ ਵਾਰ ਬਾਪ ਨੂੰ ਪੁੱਤ ਵੀ ਬੇਦਖਲ ਕਰਨਾ ਪੈ ਜਾਂਦਾ ਜਾਇਦਾਦ ਤੋਂ, ਜੇ ਉਹਦੇ ਕਰਮ ਚੰਗੇ ਨਾ ਰਹਿਣ, ਜੇ ਉਹਦੇ ਵਿੱਚ ਔਗੁਣ ਆ ਜਾਣ, ਵਿਕਾਰ ਆ ਜਾਣ। ਜਿਹੜਾ ਬਾਪ ਪੁੱਤ ਨੂੰ ਵੇਖ ਕੇ ਜਿਉਂਦਾ ਉਹਨੂੰ ਕਈ ਵਾਰ ਬਹੁਤ ਵਾਰ ਵੇਖਿਆ ਉਹ ਡੀਜ਼ਲ ਇੰਜਣ ਇੱਕ ਹੁੰਦਾ, 75 ਬੋਗੀਆਂ ਉਹਦੇ ਪਿੱਛੇ ਪਾਈਆਂ ਵੀ ਹੁੰਦੀਆਂ, 22 ਟਨ ਇੱਕ ਬੋਗੀ ਵਿੱਚ ਲੋਡ ਹੁੰਦਾ, 18 ਟਨ ਖਾਲੀ ਹੁੰਦੀ ਆ, ਉਹ 40 ਟਨ ਬਣ ਗਿਆ ਨਾ ਇੱਕ ਬੋਗੀ ਦਾ ਲੋਡ, 40 ਟਨ, 75 ਬੋਗੀਆਂ ਤੇ ਖਿੱਚੀ ਜਾਂਦਾ ਇੱਕ ਇੰਜਣ, ਫਿਰ ਵੀ 100 ਕਿਲੋਮੀਟਰ ਤੇ ਨੱਠ ਲੈਂਦਾ, ਲਈ ਜਾਂਦਾ ਨਾ ਸਭ ਨੂੰ ਕਿੱਥੋਂ ਦਾ ਕਿੱਥੋਂ ਪਹੁੰਚਾ ਦਿੰਦਾ, ਮੰਜ਼ਿਲ ਤੇ ਪਹੁੰਚਾ ਦਿੰਦਾ ਨਾਲ ਨੂੰ। ਪਰ ਇੱਕ ਗੱਲ ਹੈ, ਉਹ ਬੋਗੀਆਂ ਨੂੰ ਇੰਜਣ ਉਨਾ ਚਿਰ ਖਿੱਚਦਾ ਜਿੰਨਾ ਚਿਰ ਬੋਗੀਆਂ ਲਾਈਨ ਪਰ ਰਹਿਣ। ਬੜੀ ਸਾਦੀ ਮਿਸਾਲ ਦਈ ਦੀ, ਸਭ ਦੇ ਸਮਝ ਆ ਜਾਵੇ। ਇੱਕ ਬੋਗੀ ਲਾਈਨ ਤੋਂ ਉਤਰ ਗਈ ਤੇ ਇੰਜਣ ਦੀ ਖਿੱਚਣ ਸ਼ਕਤੀ ਖਤਮ, ਉਹਨਾਂ ਚਿਰ ਤਾਂ ਖਿੱਚਦਾ ਗੁਰੂ ਜਿੰਨਾ ਚਿਰ ਤੂੰ ਲਾਈਨ ਤੇ ਰਵੇ ਪਹੁੰਚਾਉਂਦਾ ਮੰਜ਼ਿਲ ਤੇ ਬੋਗੀਆਂ ਲਾਈਨ ਤੋਂ ਉਤਰ ਜਾਣ ਫਿਰ ਕੀ ਬਣਦਾ ਹੁੰਦਾ ਨਾ, ਨਾਲ ਹੱਡ ਪੈਰ ਭਨਾ ਲੈਂਦੀਆਂ ਨੇ, ਮਾਲ ਕਿਤੇ ਆਪ ਕਿਤੇ, ਪਹੀਏ ਕਿਤੇ, ਟੀਨ ਕਿਤੇ, ਤੇ ਫਿਰ ਕੀ ਬਣਦਾ ਹੁੰਦਾ, ਕਰੇਨਾ ਆਉਣੀ ਹੈ ਚੱਕਣ ਵਾਸਤੇ।
ਕਿਸੇ ਨੂੰ ਚੱਕ ਕੇ ਕਪੂਰਥਲੇ, ਕਿਸੇ ਨੂੰ ਦਿੱਲੀ, ਕਿਸੇ ਨੂੰ ਜਲੰਧਰ। ਆਹੀ ਹਾਲ ਹੁਣ ਸਿੱਖਾਂ ਨਾਲ ਹੋਇਆ ਹੋਇਆ ਹੈ। ਅੱਜ ਕਹਿ ਆਖੋ ਸਤਨਾਮ, ਜਿਹਨੂੰ ਮਰਜ਼ੀ ਫੜ ਕੇ ਜਿੱਥੇ ਮਰਜ਼ੀ ਡੱਕ ਦੇਣ। ਤੂੰ ਪੁੱਛਦਾ ਕੋਈ ਮਹਾਰਾਸ਼ਟਰ ਸਿੱਟਿਆ ਪਿਆ, ਕੋਈ ਰਾਜਸਥਾਨ ਵਿੱਚ ਮਿਲਕਦਾ, ਕੋਈ ਦਿੱਲੀ ਮਿਲਕਦਾ। ਗੁਰਸਿੱਖ ਪਿਆਰੇ ਹੋ, ਗੱਲ ਉਹਨਾਂ ਬੋਗੀਆਂ ਵਾਲੀ ਹੋ ਗਈ, ਅਸੀਂ ਲੈਣ ਤੋਂ ਉਤਰ ਗਏ। ਅੱਜ ਕਹਿ ਆਖੋ ਸਤਨਾਮ, ਕਿਸੇ ਦੇ ਬਾਸ ਦੀ ਗੱਲ ਨਹੀਂ ਹੈ। ਬੋਗੀ ਨੂੰ ਅੰਜਨ ਨਹੀਂ ਖਿੱਚ ਸਕਦਾ ਜਿਹੜੀ ਲਾਈਨ ਤੋਂ ਉਤਰ ਗਈ। ਪਈਆ ਲਾਈਨ ਤੇ ਰਵੇ, ਗੁਰਮਤ ਦੀ ਲਾਈਨ ਹੈ, ਤੇਰਾ ਜੀਵਨ ਸਫ਼ਰ ਹੈ। ਗੁਰਸਿੱਖ ਪਿਆਰੇ ਨੂੰ ਲਾਈਨ ਤੇ ਰੱਖ, ਸਤਿਗੁਰ ਸਿੱਖ ਕੇ ਬੰਧਨ ਕੱਟ। ਉਹ ਤਾਂ ਸਾਸ ਸਾਸ ਪ੍ਰਤਪਾਲਦਾ, ਪਰ ਜੇ ਸਿੱਖ ਬਣੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਗੁਰੂ ਸਾਹਮਣੇ ਬੈਠਾ ਹੈ ਪਰ ਉਹ ਹਮ ਹੀ ਨਹੀਂ ਪਾ, ਕਿਉਂਕਿ ਬੀਜ ਬੀਜ ਬੈਠੀ ਹੈ ਦਰੋਪਦੀ ਕੋਈ। ਉਹ ਬੀਜ ਦਾ ਕਰਮ ਫਲ ਸਾਹਮਣੇ ਆਇਆ ਵਾ, ਗੁਰੂ ਕੀ ਕਰੇ, ਕੰਮ ਮਾੜਾ ਕੀਤਾ ਨਾ, ਮਾਨ ਟੁੱਟਿਆ ਗੁਰੂ ਦਾ ਵੀ। ਹੁਣ ਸਾਧ ਸੰਗਤ ਚੌਥੀ ਵਾਰੀ ਆ ਗਈ ਕ੍ਰਿਸ਼ਨ ਦੀ, ਪਹਿਲਾਂ ਆਪਣੇ ਤੇ ਮਾਣ, ਫਿਰ ਆਪਣੇ ਪਤੀਆਂ ਤੇ ਮਾਣ, ਗੁਰੂ ਤੇ ਮਾਣ, ਚੌਥੇ ਥਾਂ ਤੇ ਕ੍ਰਿਸ਼ਨ ਨੂੰ ਯਾਦ ਕੀਤਾ ਸੀ ਦਰੋਪਦੀ। ਉਹ ਚੰਗੀ ਸੀ ਆਪਣੇ ਨਾਲੋਂ, ਆਪਾਂ ਤਾਂ ਖਬਰੇ ਵੀਹਵੇਂ ਥਾਂ ਯਾਦ ਕਰਦੇ ਹੋਈਏ। ਅੱਜ ਕਹਿ ਆਖੋ ਸਤਨਾਮ, ਆਪਾਂ ਨੂੰ ਤਾਂ ਗੁਰੂ ਭੁੱਲੇ ਹੀ ਪਏ। ਆਪਣਾ ਵੀ ਕਦੇ ਕੋਈ ਕੰਮ ਅੜ ਜਾਵੇ ਨਾ, ਕੋਈ ਜਥੇਦਾਰ ਦੇਖੀ ਦਾ, ਜੇ ਅਕਾਲੀਆਂ ਦੀ ਮਿਨਿਸਟਰੀ ਹੋਵੇ, ਕਾਂਗਰਸੀਆਂ ਦੀ ਹੋਵੇ, ਕੋਈ ਚਿੱਟੀ ਪੱਗ ਵਾਲਾ ਟੋਲਣਾ ਪੈਂਦਾ, ਜਾਂ ਫਿਰ ਕੋਈ ਦਲਾਲ ਟੋਲਣਾ ਪੈਂਦਾ ਕਿ ਬੈਂਕ ਨੂੰ ਹਿਲਾ ਲਈਏ ਥੋੜ੍ਹਾ ਜਿਹਾ, ਤੋਂ ਕੰਮ ਅੜ ਜਾਂਦਾ। ਕੋਈ ਸੱਜਣ ਮਿੱਤਰ ਰਿਸ਼ਤੇਦਾਰ, ਆਪਣੀ ਤਾਕਤ, ਮਾਇਆ ਦੀ ਤਾਕਤ, ਸਿਆਸੀ ਤਾਕਤ, ਤੇ ਜਦੋਂ ਸਾਰੀ ਮੁਨਕਰ ਹੋ ਜਾਣ ਨਾ, ਉਦੋਂ ਬਾਬੇ ਕੋਲ ਜਾ ਕੇ ਹੱਥ ਬੰਨੀ ਦੇ। ਤੇ ਫਿਰ ਇੱਕ ਗੱਲ ਕਹੀ ਦੀ ਹੈ, ਬਾਬੇ ਨਾਲ ਵੀ ਠੇਕਾ ਹੀ ਕਰਦੇ ਆਪਾਂ, ਸੇਵਾ ਵਾਲੀ ਗੱਲ ਨਹੀਂ ਹੈ। ਬਾਬੇ ਨੂੰ ਕਹਾਂਗੇ ਬਾਬੇ ਇੰਤਕਾਲ ਮੇਰਾ ਕਰਾ ਦੇ, ਖੰਡ ਪਾਠ ਤੇਰਾ ਕਰਾਊਂਗਾ। ਅੱਜ ਕਹਿ ਆਖੋ ਸਤਨਾਮ, ਬਾਬੇ ਦਾ ਹੀ ਖੰਡ ਪਾਠ ਕਰਾ ਦੇਣਾ, ਨਹੀਂ ਵੀ ਖੰਡ ਪਾਠ ਦੀ ਸੇਵਾ ਕਰੂ, ਨਹੀਂ ਨਹੀਂ, ਤੂੰ ਕੰਮ ਮੇਰਾ ਕਰਾ, ਖੰਡ ਪਾਠ ਤੇਰਾ, ਰਾਜੀ ਮੈਨੂੰ ਕਰ ਦੇ, ਦੇਗ ਤੇਰੀ ਕਰਾਊ, ਕੜਾ ਪ੍ਰਸ਼ਾਦ ਦੀ ਦੇਗ ਨੀ ਤੇਰੀ, ਉਹ ਦੇਗ ਕਰਾ ਦੇਣੀ। ਤੇ ਗੁਰਮੁਖ ਪਿਆਰੇ ਠੇਕਾ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਨਿਰਣਾ ਲੈ ਲਓ ਇਹਨਾਂ ਅਰਦਾਸਾਂ ਦਾ। ਮਹਾਰਾਜ ਕਹਿੰਦੇ ਪਹਿਲਾਂ ਰੱਬ ਨੂੰ ਕਹਿੰਦੇ ਮੇਰਾ ਕੰਮ ਕਰ, ਫਿਰ ਰੱਬ ਦੀ ਸੇਵਾ ਕਰੇਗਾ, ਇਹ ਅਰਦਾਸ ਕਰਦੇ। ਗੁਰੂ ਜੀ ਕਹਿੰਦੇ ਮੂਲ ਬਿਨਾ ਸਾਖਾਂ ਕਤ ਆਹੋ, ਜੜੇ ਨੀ ਤੇ ਹੈ ਕਹਿੰਦੇ ਟਾਣੀਆਂ ਫੁੱਟ ਪੈਣ। ਮੂਲ ਤਾਂ ਸੇਵਾ ਸਿਮਰਨ ਹੈ, ਉਹ ਬੀਜ ਕਹਿੰਦਾ ਬਾਅਦ ਵਿੱਚ ਬੀਜੂਗਾ ਤੇ ਫਲ ਪਹਿਲਾਂ ਲੱਗ ਜਾਵੇ। ਅੱਜ ਕਹਿ ਆਖੋ ਸਤਨਾਮ, ਇਹ ਅਰਦਾਸਾਂ ਨੇ ਸਾਡੀ। ਕਦੇ ਤੁਸੀਂ ਕਣਕ ਐਸੀ ਦੇਖੀ ਬੱਲਾਂ ਪਹਿਲਾਂ ਨਿਕਲੇ ਹੋ ਤਾਂ ਬਾਅਦ ਵਿੱਚ ਬੀਜੀਏ, ਨਹੀਂ ਨਹੀਂ, ਮੂਲ ਬਿਨਾ ਉਹ ਸੇਵਾ ਸਿਮਰਨ ਤੋਂ ਮੇਰਾ ਫਲ ਚਾਹੁੰਦਾ ਫਿਰਦਾ, ਪਹਿਲਾਂ ਮੂਲ ਬੀਜ, ਬੀਜ ਫਿਰ ਫਲ ਲੱਗੂਗਾ। ਮੂਲ ਬਿਨਾ ਸਾਖਾਂ ਕੱਤ ਆਹੈ, ਜੇ ਜੜੇ ਨੀ ਬਣੀ ਤੇ ਟਾਹਣੀਆਂ ਕਿੱਥੇ ਹੋਣਗੀਆਂ ਗੁਰਮੁਖ ਪਿਆਰਿਆ, ਫਲ ਕਿੱਥੇ ਲੱਗੂਗਾ। ਦਰੋਪਦੀ ਨੇ ਚੌਥੇ ਥਾਂ ਰੱਖਿਆ ਸੀ ਕ੍ਰਿਸ਼ਨ, ਪਰ ਗੁਰਸਿੱਖ ਪਿਆਰਿਓ ਸਤਿਗੁਰ ਸੇਕੀ ਕਰੈ ਪ੍ਰਤਪਾਲ, ਉਹ ਅਵਸਥਾ ਹੋਈ, ਅਰਦਾਸ ਪੁੱਜੀ। ਤੁਹਾਨੂੰ ਪਤਾ ਹੈ ਭਾਈ ਸਾਹਿਬ ਨੇ ਬਾਣੀ ਵਿੱਚ ਲਿਖ ਦਿੱਤਾ, ਕੱਪੜ ਕੋਟ ਉਸਾਰੇ ਹਨ। ਕ੍ਰਿਸ਼ਨ ਕਹਿੰਦਾ ਮੈਂ ਤਾਂ ਜਾਮਨ ਸੀ, ਜਿਹੜੀ ਤੇਰੀ ਬੇਇੱਜ਼ਤੀ ਹੋਈ ਹੈ ਨਾ, ਉਹ ਤੇ ਜ਼ਬਾਨ ਦੇ ਨਾਲ ਆਪਣੀ ਦੇਹ ਰੂਪੀ ਧਰਤੀ ਦੇ ਵਿੱਚ ਇੱਕ ਬੀਜ ਬੀਜਿਆ ਸੀ। ਕੱਲੀ ਖੁਰਾਕ ਦਾ ਹੀ ਖੂਨ ਨਹੀਂ ਬਣਨਾ, ਇਹ ਜ਼ਬਾਨ ਨਾਲ ਜੋ ਕੁਝ ਬੋਲਦੇ ਹੈ ਇਹਦਾ ਵੀ ਖੂਨ ਬਣਦਾ। ਤਾਂ ਬਾਬਾ ਨਾਨਕ ਸਾਫ ਕਹਿ ਗਿਆ ਨਾ, ਨਾਨਕ ਫਿੱਕਾ ਬੋਲੀ ਹੈ ਤਾਨ ਮਨ ਫਿੱਕਾ ਹੋਏ। ਜਿਹੜੀ ਜ਼ਬਾਨ ਨਾਲ ਤੂੰ ਕੱਚੇ ਪਿੱਲੇ ਫਿੱਕੇ ਬਚਨ ਬੋਲਦਾ ਨਾ, ਤੇ ਸੱਚ ਬੋਲਣ ਨੂੰ ਤਾਂ ਕਦੇ ਰੱਬੀ ਮਿਲ ਜਾਵੇ, ਆਪਾਂ ਨੂੰ ਮਿਲ ਜਾਵੇ ਗੁਰਮੁਖ ਪਿਆਰੇ। 24 ਘੰਟੇ ਕੱਚੇ ਪਿੱਲੇ ਬਚਨੇ ਬੋਲਣੇ, ਗੁਰੂ ਜੀ ਦਾ ਹੀ ਹੁਕਮ ਹੈ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਤੇ ਆਪਾਂ ਬਾਣੀ ਪੜ੍ਹਨ ਦਾ ਕਦੇ ਸਮਾਂ ਹੀ ਨਹੀਂ ਮਿਲਦਾ। ਤੂੰ ਆਪਣੀ ਜ਼ਬਾਨ ਦੇ ਨਾਲ ਇੱਕ ਬੀਜ ਬੀਜਿਆ ਸੀ, ਉਹ ਜਿਹੜਾ ਬੀਜ ਸੀ ਉਹ ਫਲ ਦੇਣਾ ਹੀ ਸੀ ਉਹਨੇ। ਆ ਕਦੇ ਦਿੱਲੀ ਜਾਓ ਨਾ ਤੁਸੀਂ ਗੁਰਮੁਖ ਪਿਆਰੇ, ਉਹ ਰਿੰਗ ਰੋਡ ਉਰਲੇ ਪਾਸੇ ਤੋਂ ਜਾਂਦੀ ਹੈ, ITU ਆਫਿਸ ਆਉਂਦਾ, ਬਹੁਤ ਉੱਚੀ ਇਮਾਰਤ ਹੈ ਇਨਕਮ ਟੈਕਸ ਵਾਲਿਆਂ ਦਾ, ਉਹਨੂੰ ਟੱਪ ਕੇ ਲਾਜਪਤ ਨਗਰ ਆ ਜਾਂਦਾ ਅੱਗੇ ਜਾ ਕੇ। ਉਹਦੇ ਖੱਬੇ ਹੱਥ ਬਾਹਰ ਖੇਤ ਨੇ, ਉਹਨਾਂ ਖੇਤਾਂ ਦੇ ਵਿੱਚ ਤੁਹਾਨੂੰ ਚਿੱਟੇ ਸੰਗ ਮਰਮਰ ਦਾ ਢੱਠਿਆ ਹੋਇਆ ਇੱਕ ਮਹਿਲ ਦੇਖੂਗਾ। ਹੁਣ ਵੀ ਖੰਡਰ ਪਏ ਨੇ ਦਿੱਲੀ ਦੇ ਬਰਾਬਰ। ਇਹ ਹੈ ਸਭ ਤੋਂ ਪਹਿਲੀ ਦਿੱਲੀ ਜਿਹਦਾ ਨਾਮ ਸੀ ਹਸਤਨਾਪੁਰ, ਜਿੱਥੇ ਕੈਰਵ ਤੇ ਪਾਂਡਵ ਰਾਜ ਕਰਦੇ ਹੁੰਦੇ। ਦਿੱਲੀ ਦਾ ਸਭ ਤੋਂ ਪਹਿਲਾ ਨਾਮ ਹਸਤਨਾਪੁਰ ਸੀ। ਦਿੱਲੀ ਦਾ ਦੂਆ ਨਾਮ ਇੰਦਰਪ੍ਰਸਥ ਸੀ। ਬਹੁਤ ਸਦੀਆਂ ਇੰਦਰਪ੍ਰਸਥ ਨਾਮ ਰਿਹਾ ਦਿੱਲੀ ਦਾ।
ਉਹਦੀਆਂ ਵੀ ਨਿਸ਼ਾਨੀਆਂ ਹੁਣ ਵੀ ਦਿੱਲੀ ਹੈਗੀਆਂ। ਜਾਂਦੇ ਹੀ ਕਰਨਾਲ ਰੋਡ ਤੋਂ ਆਪਾਂ ਅੰਦਰ ਵੜੀਏ ਦਿੱਲੀ ਦੇ ਤਾਂ ਤੁਹਾਨੂੰ ਆਈ ਪੀ ਕਾਲਜ ਮਿਲੂਗਾ। ਆਈ ਪੀ ਕਾਲਜ ਦਾ ਮਤਲਬ ਹੈ ਇੰਦਰਪ੍ਰਸਥ ਕਾਲਜ। ਇਹ ਦਿੱਲੀ ਰਾਜਧਾਨੀ ਦੇ ਨਾਂ ਤੇ ਰੱਖਿਆ ਹੋਇਆ। ਇਹ ਤੀਸਰਾ ਨਾਮ ਹੈ ਦਿੱਲੀ, ਸਭ ਤੋਂ ਪਹਿਲਾ ਨਾਮ ਇਸ ਜਗ੍ਹਾ ਦਾ ਹਸਤਨਾਪੁਰ ਸੀ। ਇੱਥੇ ਕੈਰਵ ਪਾਂਡਵ ਰਾਜ ਕਰਦੇ ਸੀ। ਉਹ ਜਿਹੜਾ ਢੱਠਿਆ ਹੋਇਆ ਮਹਿਲ ਪਿਆ ਨਾ ਗੁਰਮੁਖੋ, ਇਸ ਮਹਿਲ ਦਾ ਨਾਮ ਸੀ ਰੰਗ ਮਹਿਲ, ਤੇ ਪਾਂਡਵਾਂ ਨੇ ਬਣਾਇਆ ਸੀ। ਆਰਕੀਟੈਕਟ ਕਾਰੀਗਰ ਤੇ ਹੁਣ ਵੀ ਬਹੁਤ ਵੱਡੇ ਨੇ, ਪਰ ਦੇਖ ਲਓ ਗੁਰਮੁਖ ਪਿਆਰੇ ਦੁਆਪਰ ਦੀ ਕਾਰਾਗਰੀ। ਕਹਿੰਦੇ ਉਦੋਂ ਸਾਇੰਸ ਨਹੀਂ ਸੀ, ਉਦੋਂ ਟੈਕਨੀਕਲ ਹੈਂਡ ਨਹੀਂ ਸੀ ਕੋਈ ਇੱਥੇ ਦੁਨੀਆ ਵਿੱਚ। ਉਹ ਮਹਿਲ ਬਣਾਇਆ, ਉਹਦੇ ਵਿੱਚ ਤਿੰਨ ਕਾਰੀਗਰਾਂ ਐਸੀ ਗੱਲ ਕੀਤੀ ਸੀ। ਆਪਾਂ ਜਦੋਂ ਕੋਠੀ ਬਣਾਉਂਦੇ ਹਾਂ ਤਾਂ ਮੇਨ ਗੇਟ ਰੱਖਦੇ ਹਾਂ ਨਾ ਅੰਦਰ ਆਉਣ ਵਾਸਤੇ, ਉਸ ਮਹਿਲ ਦਾ ਵੀ ਇੱਕ ਗੇਟ ਬਣਾਇਆ ਸੀ ਕਾਰੀਗਰ ਨੇ। ਪਰ ਬਣਾਇਆ ਇਸ ਤਰੀਕੇ ਨਾਲ ਸੀ ਕਿ ਜਿਹੜਾ ਬਾਹਰੋਂ ਆਵੇ ਨਾ ਉਹਨੇ ਦਰਵਾਜ਼ੇ ਤੇ ਹੀ ਵੜਨੇ ਨਾ, ਪਰ ਜਿੱਥੇ ਆਉਣ ਵਾਲੇ ਨੂੰ ਦਰਵਾਜ਼ਾ ਦਿਖਦਾ ਉੱਥੇ ਕੰਧ ਹੈ, ਤੇ ਜਿੱਥੇ ਆਉਣ ਵਾਲੇ ਨੂੰ ਕੰਧ ਦਿਖਦੀ ਹੈ ਉੱਥੇ ਦਰਵਾਜ਼ਾ ਹੈ। ਇਹ ਸੀ ਰੰਗ ਮਹਿਲ ਜਿੱਥੋਂ ਸ਼ੁਰੂ ਹੋਇਆ। ਆਉਣ ਵਾਲਾ ਕਹਿੰਦਾ ਵੀ ਦਰਵਾਜ਼ੇ ਤੇ ਹੀ ਵੜ ਜਾਵਾਂ, ਉੱਥੇ ਕੰਧ ਹੈ। ਗਾਹਾਂ ਸੜਕ ਬਣਾਈ ਗਈ ਅੰਦਰ ਜਾਣ ਵਾਸਤੇ, ਜਿਵੇਂ ਆਪਾਂ ਆਲੇ ਦੁਆਲੇ ਬੇਹਰ ਬੂਟੇ ਰਸਤਾ ਛੱਡਦੇ, ਆਉਣ ਵਾਲਾ ਜਦੋਂ ਅੰਦਰ ਆਵੇ ਜਿੱਥੇ ਆਉਣ ਵਾਲੇ ਨੂੰ ਸੜਕ ਦਿਖਦੀ ਸੀ ਨਾ ਉੱਥੇ ਤਾਂ ਅਲੱਗ ਅਲੱਗ ਪਾਣੀ ਖੜਾ ਸੀ, ਤੇ ਜਿੱਥੇ ਉਹਨੂੰ ਪਾਣੀ ਖੜਾ ਦਿਖਦਾ ਉੱਥੇ ਸੜਕ ਸੀ। ਇਹ ਦੋ ਨੰਬਰ ਸੀ। ਤੀਹ ਨੰਬਰ ਇੱਕ ਹੋਰ ਗੱਲ ਕੀਤੀ ਸੀ ਉਸ ਮਹਿਲ ਵਿੱਚ, ਤੇ ਆਏ ਗਏ ਵਾਸਤੇ ਆਪਾਂ ਕੁਰਸੀਆਂ ਤੇ ਮੰਜੇ ਡਾਉਂਦੇ ਹਾਂ ਨਾ ਬਿਠਾਉਣ ਵਾਸਤੇ, ਉਹ ਆਉਣ ਵਾਲੇ ਨੂੰ ਜਿੱਥੇ ਤਾਂ ਮੰਜੇ ਡਹੇ ਦਿਖਦੇ ਆ ਉੱਥੇ ਤਾਂ ਗਲ ਗਲ ਜਿੰਨੇ ਟੋਏ ਨੇ, ਤੇ ਜਿੱਥੇ ਆਉਣ ਵਾਲੇ ਨੂੰ ਟੋਏ ਦਿਖਦੇ ਆ ਉੱਥੇ ਮੰਜੇ ਡਾਹੇ ਹੋਏ ਆ, ਇਹਦਾ ਨਾਮ ਸੀ ਰੰਗ ਮਹਿਲ। ਆਉਣ ਵਾਲੇ ਨੂੰ ਕੁਝ ਹੋਰ ਦਿਖਦਾ ਸੀ, ਹੁੰਦਾ ਕੁਝ ਹੋਰ ਸੀ। ਲਓ ਕੋਠੀ ਬਣੇ ਤੋਂ ਆਪਾਂ ਵੀ ਚੱਠ ਕਰਦੇ ਹਾਂ, ਪਾਂਡਵਾਂ ਵੀ ਚੱਠ ਕੀਤਾ ਤੇ ਕੈਰਵਾਂ ਨੂੰ ਬੁਲਾਉਣਾ ਹੀ ਸੀ। ਕ੍ਰਿਸ਼ਨ ਭਗਵਾਨ ਕਹਿੰਦੇ ਆਏ ਦ੍ਰੋਪਦੀ ਤੂੰ ਬੈਠੀ ਸੀ ਮਹਿਲਾਂ ਦੇ ਉੱਤੇ, ਆਹੀ ਦੁਰਯੋਧਨ ਆਪਣੇ ਪੁੱਤਰਾਂ ਪੋਤਰਿਆਂ ਨੂੰ ਲੈ ਕੇ ਤੁਹਾਡੇ ਚੱਠ ਵਿੱਚ ਆਇਆ, ਤੇ ਆਉਣ ਵਾਲੇ ਨੇ ਤਾਂ ਦਰਵਾਜ਼ਾ ਦੇਖ ਕੇ ਹੀ ਵੜਨੇ ਨਾ। ਉਹ ਵਿਚਾਰੇ ਦਰਵਾਜ਼ਾ ਦੇਖ ਕੇ ਅੰਦਰ ਵੜਨ ਨੂੰ ਕਰਨ ਤੇ ਉਹਦਾ ਠਾਹ ਮੱਥਾ ਕੰਧ ਨਾਲ ਵੱਜੇ, ਕਿਉਂਕਿ ਜਿੱਥੇ ਦਰਵਾਜ਼ਾ ਦਿਖਦਾ ਸੀ ਤੇ ਕੰਧ ਸੀ। ਉਹ ਵਿਚਾਰੇ ਮੱਥਾ ਮੁੱਥਾ ਮਾਰਦੇ ਗਾਹਾਂ ਲੰਘਣ ਵੀ ਸੜਕ ਸੜਕ ਤੁਰ ਪੀਏ ਗੋਡੇ ਗੋਡੇ ਪਾਣੀ ਚ ਵੜ ਜਾਣ, ਕਿਉਂਕਿ ਜਿੱਥੇ ਸੜਕ ਸੀ ਉੱਥੇ ਪਾਣੀ ਦਿਖਦਾ ਸੀ, ਪਾਣੀ ਸੜਕ ਸੀ। ਉਹ ਬਸ਼ਰਮ ਜੇ ਹੋਏ ਵੀ ਹੁਣ ਮੰਜਿਆਂ ਤੇ ਬੈਠ ਜਾਈਏ, ਜਿੱਥੇ ਮੰਜੇ ਦਿਖਦੇ ਸੀ ਟੋਏ ਤੇ ਉਹ ਟੋਏ ਚ ਗਿਰ ਪੈਣ। ਆਹ ਹਾਲਤ ਜਦੋਂ ਉਹਨਾਂ ਦੀ ਹੋਈ ਦ੍ਰੋਪਦੀ, ਉਦੋਂ ਤੈਂ ਆਪਣੀ ਜੀਭ ਨਾਲ ਇੱਕ ਬੀਜ ਬੀਜਿਆ, ਤੂੰ ਆਖਿਆ ਸੀ ਅੰਨਿਆਂ ਦੇ ਅੰਨੇ ਹੀ ਜੰਮੇ ਐ, ਅੱਜ ਕੇ ਆਖੋ ਸਤਨਾਮ। ਉਹ ਜਿਹੜਾ ਬੀਜ ਸੀ ਜੀਵ ਨਾਲ ਬੀਜਿਆ ਗਿਆ। ਜੇ ਤੂੰ ਕ੍ਰਿਸ਼ਨ ਭਗਵਾਨ ਕਹਿੰਦੇ ਵਚਨ ਨਾ ਬੋਲਦੀ ਕਿ ਅੰਨਿਆਂ ਦੇ ਅੰਨੇ ਜੰਮੇ ਨੇ, ਤਾਂ ਭਾਵੇਂ ਤੈਨੂੰ ਦੁਰਯੋਧਨ ਜਿੱਤ ਕੇ ਮਹਿਲਾਂ ਵਿੱਚ ਲੈ ਜਾਂਦਾ, ਜੂਏ ਵਿੱਚ ਤੈਨੂੰ ਜਿੱਤ ਜਾਂਦਾ, ਪਰ ਜੇ ਤੂੰ ਆਪਣੇ ਤਨ ਵਿੱਚ ਆ ਫਿੱਕੇ ਬੋਲਾਂ ਦਾ ਬੀਜ ਨਾ ਬੀਜਿਆ ਹੁੰਦਾ, ਦੁਰਯੋਧਨ ਭਰੇ ਦਰਬਾਰ ਵੀ ਤੇਰੀ ਬੇਇੱਜ਼ਤੀ ਨਹੀਂ ਸੀ ਕਰਦਾ। ਜਿੱਤ ਕੇ ਲੈ ਜਾਂਦਾ ਹੋਰ ਗੱਲ ਹੈ, ਜੂਏ ਵਿੱਚ ਹਾਰ ਜਾਂਦੀ ਹੋਰ ਗੱਲ ਹੈ, ਆ ਜੇ ਤੇਰੀ ਬੇਪਤੀ ਹੋਈ ਹੈ ਇਹ ਤੇਰੇ ਜੀਵ ਨਾਲ ਬੀਜੇ ਹੋਏ ਬੀਜਾਂ ਦੀ ਹੋਈ ਹੈ, ਤੇ ਜਿਹੜੀ ਤੇਰੀ ਇੱਜ਼ਤ ਰਹੀ ਹੈ ਉਹ ਵੀ ਮੈਂ ਨਹੀਂ ਕੱਪੜੇ ਭੇਜੇ, ਉਹ ਤੇਰਾ ਹੱਥਾਂ ਨਾਲ ਬੀਜਿਆ ਹੋਇਆ ਬੀਜ ਜੰਮਿਆ। ਹੱਥਾਂ ਨਾਲ ਵੀ ਜੋ ਕੁਝ ਬੀਜਦੇ ਜੰਮੇਗਾ। ਤਾਂ ਗੁਰਮੁਖ ਪਿਆਰਿਓ ਤੂੰ ਗਈ ਸੀ ਆਪਣੀਆਂ ਸਹੇਲੀਆਂ ਨਾਲ ਦਰਿਆ ਤੇ ਨਹਾਉਣ, ਉੱਥੇ ਕੋਈ ਪ੍ਰਭੂ ਦਾ ਪਿਆਰਾ ਸਾਈ ਲੋਕ ਇਸ਼ਨਾਨ ਕਰਦਾ ਸੀ। ਤੁਸੀਂ ਬੀਬੀਆਂ ਨੇ ਜਾ ਕੇ ਆਵਾਜ਼ ਮਾਰੀ ਕਿ ਰਿਸ਼ੀ ਜੀ ਬਾਹਰ ਨਿਕਲੋ, ਬੀਬੀਆਂ ਨੇ ਨਹਾਉਣਾ। ਉਹ ਰਿਸ਼ੀ ਕਹਿਣ ਲੱਗਾ ਬੱਚੀਓ ਮੇਰੇ ਤਨ ਦਾ ਕੱਪੜਾ ਵਹਿ ਗਿਆ, ਮੈਨੂੰ ਥੋੜਾ ਕੱਪੜਾ ਦਿਓ ਤਾਂ ਕਿ ਮੈਂ ਤਨ ਕੱਜ ਕੇ ਬਾਹਰ ਨਿਕਲਾਂ। ਕ੍ਰਿਸ਼ਨ ਭਗਵਾਨ ਕਹਿੰਦੇ ਐ ਦ੍ਰੋਪਦੀ ਉਦਣ ਤੈਂ ਆਪਣੇ ਹੱਥਾਂ ਨਾਲ ਬੀਜ ਬੀਜਿਆ, ਤੂੰ ਆਪਣੀ ਸਾੜੀ ਨਾਲੋਂ ਪਾੜ ਕੇ ਲੀਰ ਸਿੱਟੀ, ਪਰ ਕੁਦਰਤੀ ਉਹ ਜਿਹੜੀ ਲੀਰ ਤੂੰ ਸਿੱਟੀ ਉਹ ਪਾਣੀ ਵਿੱਚ ਵਹਿ ਗਈ, ਤੂੰ ਦੁਬਾਰਾ ਕੱਪੜਾ ਪਾੜ ਕੇ ਸਿੱਟਿਆ ਉਹ ਵੀ ਵਹਿ ਗਿਆ, ਤੀਸਰੀ ਵਾਰ ਜਦੋਂ ਤੂੰ ਸਾੜੀ ਪਾੜ ਕੇ ਸਿੱਟੀ ਤਾਂ ਤੇਰੇ ਕੋਲ ਵੀ ਉਨਾ ਹੀ ਕੱਪੜਾ ਰਹਿ ਗਿਆ ਸੀ ਜੋ ਤੇਰਾ ਤਨ ਢੱਕ ਸਕੇ। ਉਹ ਜਿਹੜੀ ਲੀਰ ਤੂੰ ਪਾੜ ਕੇ ਸਿੱਟੀ ਨਾ ਉਹ ਹੱਥਾਂ ਨਾਲ ਇੱਕ ਬੀਜ ਬੀਜਿਆ ਤਾਂ ਆਪਣੇ ਦੇਹ ਰੂਪੀ ਖੇਤ ਦੇ ਵਿੱਚ, ਉਹ ਜਿਹੜੀ ਲੀਰ ਸੀ ਉਹ ਬਣੇ ਨੇ ਕੱਪੜੇ ਦੇ ਕੋਟ। ਅੱਜ ਕਹੇ ਆਖੋ ਸਤਨਾਮ। ਮੈਂ ਤਾਂ ਦੋਹਾਂ ਵਿੱਚ ਜਾਮਨ ਸੀ, ਬੇਇੱਜ਼ਤੀ ਹੋਈ ਹੈ ਤਾਂ
खून पैदा कर लिया अंदर जीव नाल बोल के, इज्जत तेरी रही है द्रौपदी कपीन मातर दई जो मुनिश्वर है, सांते पहे सभा मद बसन अथाहे जीव। बिल्कुल धीरे पाड़ के दसी थी।